ਮਸ਼ਹੂਰ ਪੰਜਾਬੀ ਗਾਇਕ ਪ੍ਰਗਟ ਸਿੰਘ ਲਿੱਦੜਾਂ 5 ਮਾਰਚ ਨੂੰ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਦੇ ਨਾਲ ਨਾਲ ਸੁਚੱਜੀ ਤੇ ਸਾਫ ਸੁਥਰੀ ਗੀਤਕਾਰੀ ਪਸੰਦ ਕਰਨ ਵਾਲਿਆਂ ਨੂੰ ਵੱਡਾ ਘਾਟਾ ਪਹੁੰਚਿਆ ਹੈ। ਅੱਜ ਪ੍ਰਗਟ ਸਿੰਘ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਸ਼੍ਰੀ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਹੋਈ। ਪ੍ਰਗਟ ਸਿੰਘ ਦੀ ਅੰਤਿਮ ਅਰਦਾਸ 'ਚ ਪੰਜਾਬੀ ਸੰਗੀਤ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਹਾਜ਼ਰ ਹੋਈਆਂ। ਪ੍ਰਗਟ ਸਿੰਘ ਹੁਣੀ ਇੱਕ ਬਹੁਤ ਪਿਆਰੀ ਰੂਹ ਸੀਗੇ, ਬਹੁਤ ਪਿਆਰੇ ਇਨਸਾਨ ਸੀਗੇ, ਇੱਕ ਸੋਚ ਸੀਗੀ, ਕਿਉਂਕਿ ਬੰਦਾ ਜਿਹੜਾ ਆ ਉਹ ਵਿਚਾਰਾਂ ਨਾਲ ਬਣਦਾ ਆ, ਬੰਦਾ ਕੱਪੜਿਆਂ ਨਾਲ ਹੋਰ ਫੈਸ਼ਨ ਨਾਲ ਜਿਹੜਾ ਅੱਜ ਕੱਲ੍ਹ ਨੌਜਵਾਨ ਸਮਝਦੇ ਆ, ਅਸਲ ਵਿੱਚ ਬੰਦਾ ਦਾ ਜਿਹੜਾ ਹੈਗਾ ਉਹ ਉਹਦੇ ਵਿਚਾਰ ਕਿਹੋ ਜਿਹੇ ਆ ਉਹਨਾਂ 'ਤੇ ਡਿਪੈਂਡ ਕਰਦਾ। ਅਤੇ ਪ੍ਰਗਟ ਸਿੰਘ ਉਹਨਾਂ ਦੇ ਜਿਹੜੇ ਵਿਚਾਰ ਸੀਗੇ ਉਹ ਸਾਨੂੰ ਇੱਕ ਮਾਰਗਦਰਸ਼ਕ ਦੇ ਤੌਰ 'ਤੇ ਸੀਗੇ, ਕਿਉਂਕਿ ਮੈਂ ਇਹ ਗੱਲ ਬੜੇ ਮਾਣ ਨਾਲ ਕਹਿੰਦਾ ਕਿ ਜੋ ਗਾਇਕੀ ਜਿਹੜੀ ਲੇਖਣੀ ਸ਼ਾਇਰੀ ਜਿਹੜੀ ਮੈਂ ਤਾਂ ਕਮਲਹੀਰ ਸੰਗਤਾਰ ਅਸੀਂ ਗਾਉਂਦੇ ਹਾਂ, ਪ੍ਰਗਟ ਸਿੰਘ ਹੁਣੀ ਉਹੀ ਲਿਖਦੇ ਸੀਗੇ। ਇਹ ਬਹੁਤ ਘੱਟ ਰਹਿ ਗਿਆ ਹੁਣ ਪੰਜਾਬ ਦੇ ਵਿੱਚ ਕਿ ਜਿਹੜੀ ਆਪਣੇ ਪਿੰਡਾਂ ਨਾਲ ਜੁੜੀ ਗੱਲ, ਆਪਣੇ ਪੰਜਾਬ ਨਾਲ, ਆਪਣੇ ਵਿਰਸੇ ਨਾਲ, ਆਪਣੇ ਜੜ੍ਹਾਂ ਨਾਲ ਜੁੜੀ ਜਿਹੜੀ ਗਾਇਕੀ ਆ, ਲੇਖਣੀ ਆ, ਉਹ ਖਤਮ ਹੋ ਗਈ ਆ। ਹੁਣ ਆਪਾਂ ਇੰਟਰਨੈਸ਼ਨਲ ਦੇ ਚੱਕਰ 'ਚ ਨਾ ਹੋਰ ਪਾਸੇ ਨੂੰ ਤੁਰ ਪਏ ਹਾਂ। ਸੋ ਜਿਹੜਾ ਇੱਕ ਪਿਤਾ ਦਾ ਘਾਟਾ ਸਟੈਲਨ ਵੀਰ ਉਹਨਾਂ ਦੇ ਸਾਰੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਪਿਆ, ਉਹ ਤਾਂ ਦੁਨਿਆਵੀ ਤੌਰ 'ਤੇ ਪਿਆ ਹੀ ਪਿਆ, ਪਰ ਅਸੀਂ ਇੱਕ ਆਰਟਿਸਟ ਦੇ ਤੌਰ 'ਤੇ ਇੱਕ ਬਹੁਤ ਵੱਡੀ ਚੀਜ਼ ਗੁਆ ਲਈ ਆ, ਕਿਉਂਕਿ ਬਹੁਤ ਘੱਟ ਉਮਰ ਸੀਗੀ, ਅਜੇ ਉਹਨਾਂ ਨੇ ਬਹੁਤ ਕੁਛ ਲਿਖਣਾ ਸੀਗਾ। ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਘਾਟਾ ਪਿਆ ਉਹਨਾਂ ਦੇ ਜਾਣ ਨਾਲ। ਕਿਸਾਨੀ ਦੀ ਗੱਲ ਕੀਤੀ ਜਾਵੇ, ਕਲਾਕਾਰ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਦਾ ਆਪਸੀ ਜਿਹੜੇ ਭਾਈਚਾਰੇ ਨਾਲ ਕਿਸ ਤਰ੍ਹਾਂ ਦਾ ਮਿਲਣ ਵਰਤਣ ਸੀ? ਬਹੁਤ ਜ਼ਿਆਦਾ ਪਿਆਰ ਸੀਗਾ ਜੀ ਉਹਨਾਂ ਦਾ ਸਾਰਿਆਂ ਨੂੰ। ਉਹਨਾਂ ਦੇ ਵਿੱਚ ਈਰਖਾ ਨਾਂ ਦੀ ਕੋਈ ਚੀਜ਼ ਨਹੀਂ ਸੀਗੀ, ਆਪਣੇ ਰੰਗ 'ਚ ਰਹਿਣ ਵਾਲੇ ਬੰਦੇ ਸੀਗੇ ਜੀ। ਪ੍ਰਗਟ ਮਸਤੂਆਣੇ ਨਾਲ ਮੇਰਾ ਦੋਸਤੀ ਵੀ ਬਹੁਤ ਜ਼ਿਆਦਾ ਸੀ। ਅਕਸਰ ਜਦੋਂ ਚੰਡੀਗੜ੍ਹ ਆਉਂਦਾ ਸੀ ਅਸੀਂ ਇਕੱਠੇ ਹੁੰਦੇ ਸੀਗੇ। ਉਹ ਜਿੰਨਾ ਵਧੀਆ ਬੰਦਾ ਸੀ ਉਨਾ ਵਧੀਆ ਗੀਤਕਾਰ ਵੀ ਸੀ, ਇੰਨਾ ਇਮੋਸ਼ਨਲ ਸੀ। ਉਹਨੇ ਪੜ੍ਹਿਆ ਵੀ ਬਹੁਤ ਸੀ, ਲਿਟਰੇਚਰ ਵੀ ਪੜ੍ਹਿਆ ਹੋਇਆ ਸੀਗਾ ਉਹਨੇ, ਗੀਤ ਸੰਗੀਤ ਦਾ ਸੀਗਾ। ਇੱਦਾਂ ਦੇ ਜਿਹੜੇ ਪਿਆਰੇ ਬੰਦੇ ਆ, ਗੀਤਕਾਰ ਤਾਂ ਬਹੁਤ ਪਿਆਰਾ ਸੀਗਾ ਜੀ, ਬੰਦਾ ਵੀ ਇੰਨਾ ਪਿਆਰਾ ਸੀਗਾ, ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਅਤੇ ਵੀ ਮਿਲਦੇ ਰਹੀਏ ਮਿਲਦੇ ਰਹੀਏ। ਪਰ ਉਹੀ ਜਿਹੜਾ ਭਾਣਾ ਵਰਤ ਗਿਆ ਅਤੇ ਬਹੁਤ ਜ਼ਿਆਦਾ। ਹੋਰ ਜਿਹੜੇ ਉਹਦੇ ਹਜ਼ਾਰਾਂ ਲੱਖਾਂ ਉਹਦੇ ਸ਼ਰਧਾਲੂ ਵੀ ਆ, ਮੈਂ ਵੀ ਉਹਨਾਂ 'ਚੋਂ ਇੱਕ ਹਾਂ, ਅਤੇ ਬਹੁਤ ਹੀ ਲੱਗਦਾ ਜਿਵੇਂ ਸਾਡਾ ਨਾ ਪਰਿਵਾਰ ਦਾ ਮੈਂਬਰ ਹੀ ਮਤਲਬ ਤੁਰ ਗਿਆ, ਬਹੁਤ ਦੁੱਖ ਵਾਲੀ ਗੱਲ। ਕਦੇ ਗੀਤਕਾਰੀ ਲੈ ਕੇ ਤੁਹਾਡੇ ਦੋਨਾਂ ਵਿੱਚ ਕਿਸੇ ਗੱਲ ਚਰਚਾ ਹੋਈ ਹੋਵੇ ਵੀ ਆਪਾਂ ਇਸ ਤਰ੍ਹਾਂ ਦੇ ਗੀਤ ਹੀ ਮਾਰਕੀਟ ਦੇ ਵਿੱਚ ਦੇਣੇ ਨੇ ਜਾਂ ਲਿਖਣੇ ਨੇ? ਅਸੀਂ ਜਦੋਂ ਅਕਸਰ ਇਕੱਠੇ ਹੁੰਦੇ ਸੀ ਇੱਕ ਹੋਰ ਸਾਂਝ ਹੁੰਦੀ ਸੀਗੀ, ਅਸੀਂ ਆਪਦੇ ਗੀਤਾਂ ਦੀ ਬਜਾਏ ਦਦਾਰ ਸੰਧੂ ਦੇ ਗੀਤਾਂ ਦੀ ਗੱਲ ਕਰਦੇ ਹੁੰਦੇ ਸੀ। ਪ੍ਰਗਟ ਵੀ ਦਦਾਰ ਸੰਧੂ ਦੇ ਗੀਤਾਂ ਦਾ ਬਹੁਤ ਫੈਨ ਸੀ, ਮੈਂ ਵੀ ਸੀ। ਅਸੀਂ ਦਦਾਰ ਦੇ ਗੀਤ ਇਕੱਠੇ ਹੋ ਕੇ ਗੁਣਗੁਣਾਉਂਦੇ ਹੁੰਦੇ ਸੀ ਮਹਿਫਲਾਂ ਦੇ ਵਿੱਚ। ਅਤੇ ਦੂਸਰਾ ਉਹ ਕਹਿੰਦਾ ਸੀਗਾ ਵੀ ਇਹ ਇੱਕ ਤਰ੍ਹਾਂ ਨਾਲ ਕਹਿੰਦਾ ਹੁੰਦਾ ਸੀ ਵੀ ਇਹ ਕਿਹੜੀ ਗੱਲ ਆ ਵੀ ਗੀਤਕਾਰ ਵੀ ਲਿਖਦਾ ਵੀ ਆ, ਪਰ ਜਿੱਦਣ ਮੇਰਾ ਮੂਡ ਆਇਆ ਮੈਂ ਲਿਖਣੇ ਛੱਡ ਵੀ ਦੇਊਂਗਾ। ਇਸ ਤਰ੍ਹਾਂ ਦੀਆਂ ਗੈਰ ਰਸਮੀ ਗੱਲਾਂ ਆ, ਮਤਲਬ ਉਹ ਜਿੱਥੇ ਬਹਿੰਦਾ ਸੀ ਇੱਕ ਮਹਿਕ ਛੱਡ ਜਾਂਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਅੱਗੇ ਦੁਆ, ਬੇਨਤੀ, ਅਰਦਾਸ, ਗੁਜ਼ਾਰਸ, ਅਪੀਲ ਆ ਕਿ ਸਾਡੇ ਉਸਤਾਦ ਪ੍ਰਗਟ ਲਿੱਦੜਾਂ ਜੀ ਨੂੰ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਰੱਬ। ਉਹ ਬੇਸ਼ੱਕ ਦੇਖੋ ਜਿਹੜਾ ਉਹ ਮਰਨਾ ਤਾਂ ਤੁਹਾਨੂੰ ਪਤਾ ਸੱਚ ਆ, ਹੈ ਨਾ, ਜੀਣਾ ਝੂਠ ਹੈ, ਕਦੋਂ ਵੀ ਕਿਸੇ ਨਾਲ ਕੋਈ ਵੀ ਹਾਦਸਾ ਹੋ ਸਕਦਾ, ਪਰ ਉਹ ਮਰੇ ਨਹੀਂ, ਉਹਨਾਂ ਦੇ ਗਾਣੇ ਨਹੀਂ ਮਰੇ, ਉਹਨਾਂ ਦੇ ਗਾਣੇ ਸਾਡੇ 'ਚ ਜਿਉਂਦੇ ਰਹਿਣਗੇ ਹਮੇਸ਼ਾ। ਐਸੀ ਛਾਪ ਛੱਡ ਕੇ ਗਏ ਨੇ ਉਹ, ਜਿਨ ਮੇਰੇ ਅੱਗੇ ਛੋਟੇ ਜਿਹੇ ਗੀਤਕਾਰ ਉਹ ਉਹਨਾਂ ਦੇ ਪੈੜਾਂ 'ਤੇ ਚੱਲਣ ਦੀ ਕੋਸ਼ਿਸ਼ ਕਰਨਗੇ। ਅਤੇ ਇੱਕ ਵਾਰ ਫਿਰ ਅੱਲਾਹ ਤਾਲਾ ਰੱਬ ਵਾਹਿਗੁਰੂ ਅੱਗੇ ਦੁਆ ਹੈ ਕਿ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ। ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ। ਉਹ ਉਹਨਾਂ ਦੇ ਗਾਣੇ ਨਾ ਜਿਹੜੇ ਜਿਵੇਂ ਆਪਾਂ ਕਹਿ ਸਕਦੇ ਧੂਪ ਸੀਗੇ, ਜੋ ਹਮੇਸ਼ਾ ਸੁਗੰਧ ਸੜਦੇ ਰਹਿੰਦੇ ਸੀਗੇ, ਉਹ ਉਹਨਾਂ ਨੇ ਕਦੇ ਬੰਬ ਗਾਣਾ ਲਿਖਿਆ ਜਿਹੜੇ ਪਟਾਕਾ ਪਾ ਕੇ ਖਤਮ ਹੋ ਜਾਣ, ਅਤੇ ਹਮੇ ਅੱਜ ਵੀ ਉਹ ਧੁੱਖਦੇ ਆ, ਉਹਨਾਂ ਦੇ ਗਾਣੇ ਸੁਗੰਧ ਸੜਦੇ ਆ, ਅਤੇ ਅੱਜ ਤੁਸੀਂ ਇਕੱਠ ਦੇਖ ਹੀ ਰਹੇ ਹੋ, ਫਿਰ ਉਹਦੇ ਹਿਸਾਬ ਨਾਲ ਉਹਨਾਂ ਦੇ ਗਾਣੇ ਹਮੇਸ਼ਾ ਅਮਰ ਰਹਿੰਦੇ ਆ। ਆਪਣੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਿਲਣ ਵਰਤਣ ਕਿਸ ਤਰ੍ਹਾਂ ਦਾ ਸੀਗਾ, ਜਿਸ ਤਰ੍ਹਾਂ ਕਿ ਉਹ ਇੰਨੇ ਪੁਰਾਣੇ ਗੀਤਕਾਰ? ਗੀਤਕਾਰ ਤੋਂ ਪਰੇ ਦੀ ਜੇ ਗੱਲ ਕਰੀਏ, ਐਜ਼ ਏ ਇਨਸਾਨ ਬਹੁਤ ਵਧੀਆ ਸੀਗੇ ਉਹ, ਬਹੁਤ ਘੱਟ ਬੋਲਦੇ ਸੀ, ਉਹਨਾਂ ਦੇ ਕੰਮ ਵੱਧ ਬੋਲਦੇ ਸੀਗੇ, ਉਹਨਾਂ ਦੇ ਗਾਣੇ ਬੋਲਦੇ ਸੀਗੇ। ਉਹਨਾਂ ਦਾ ਬੇਟਾ ਸਟੈਲਨ ਵੀਰ ਹੈ, ਉਹਨਾਂ ਦਾ ਵੀ ਕੰਮ ਬੋਲਦਾ, ਅਤੇ ਬੜਾ ਵੱਡਾ ਘਾਟਾ ਪਿਆ ਜਿਹੜਾ ਸੰਗੀਤ ਜਗਤ ਨੂੰ ਪ੍ਰਗਟ ਉਸਤਾਦ ਲਿੱਦੜਾਂ ਜੀ ਦਾ, ਸੋ ਕਦੇ ਨਹੀਂ ਪੂਰਾ ਹੋ ਸਕਦਾ ਜੀ।